बिजन पंजाब टीवी देख रहे सारे दर्शकों का प्रोग्राम चर्चा का मुद्दा भी स्वागत है जी। पंजाब दे विच नवीं चर्चा कि किसान जिहड़े धरनियां ते निकले ने वो केंद्र दे खिलाफ भी पंजाब सरकार खिलाफ भी, इस गल नूं लैके कि ट्रैक्टरां दे राही प्रदर्शन करना, सड़कां ते उतरना ते सरकार नूं जताउणा कि तुसीं जिहड़े 3 आर्डीनेंस केंद्र ने जारी कीते ने वो पंजाब नाल किसानी नाल वड्डा धोखा ने, ते इस दे दरम्यान पंजाब सरकार दा मुलाजमां नाल पेचा फसदा जा रहा। केंद्र वाले 7वें पे कमीशन नूं लै के जो मामला फसिया है उस नूं लै के मुलाजम वर्गों वालों भी प्रदर्शन शुरू हो गए हैं, तो इस दरम्यान लगातार अकाली दल किसानों के नेड़े जाने लिए आखता जा रहा कि असी कुरबानियां करने लिए तैयार हाँ, वड्डी कुरबानी कर सकते हैं। सवाल है कि वह कि कुरबानी की गल करते हैं, कि कुरबानी देना चाहता है अकाली दल। ये सारे मसले विचाराधीन ने, तो इन मसलों पर चर्चा करने लिए माहर मेहमान सीनियर पत्रकार जय सिंह शिबर भाजी साढ़े नाल ने। शिबर भाजी स्वागत करते हैं, थोड़ा धन्यवाद दीप भाजी। मैं पहला पंजाब के किसानी धरनों तो लेना चाहता, लंबे समय तो एक वाए से जदों खासकर 3 आर्डीनेंस जारी होंगे ने, उस बाद मुख्यमंत्री वो विरोध करते हैं, बकायदा सर्व पार्टी मीटिंग बुलाते हैं, किसान जथेबंदियों मीटिंग करते हैं, पर जो किसान धरने लाने का फैसला करते हैं तब उन्होंने रोकने की कोशिश करते हैं कि नहीं धरने ना लाओ, तुम धरने रहन दो, ऑनलाइन ही अपलाई कर लो, ऑनलाइन ही रोसा कर लो, सोशल मीडिया से ही बोल रहे हो। कि उन्होंने लगता है कि ट्रैक्टर राही करोना फैल जाएगा, जिहड़ा करोना बस च नहीं चढ़ूगा वो ट्रैक्टर से चढ़ जूगा। उन्होंने यह लगता है बस से कहते 52 सवारियां तो किसानों रोका जा रहे, एक तो है, दूजा किसान धरनों के नाल की लगता कि केंद्र से कोई असर जाएगा वो 3 आर्डीनेंस जिहड़े पंजाब खिलाफ़ ने, किसानों खिलाफ़ ने। दीपक जी देखो जिहड़ियां तुसीं गल्लां कीतियां वो दो गल्लां तो यह है भी बस राही 52 सीटां उठाइया जांदियां जां ट्रैक्टर पर एक जां दो बंदे बैठदे आ करोना फैलण नूं लेके, है ना। ਇਹਦੇ ਵਿੱਚ ਤਾਂ ਸਰਕਾਰ ਦੀਆਂ ਜਿਹੜੀਆਂ ਪਿਛਲੇ ਦਿਨਾਂ ਨੂੰ ਲੈ ਕੇ ਕਰੋਨਾ ਬਾਰੇ ਅਲੱਗ ਅਲੱਗ ਦਿਸ਼ਾ ਨਿਰਦੇਸ਼ ਆਏ ਆ, ਇਹਨਾਂ ਸਾਰਿਆਂ ਦੀ ਸੋਸ਼ਲ ਮੀਡੀਆ ਪਰ ਖਿੱਲੀ ਉੜੀ ਹੈ। ਬਿਲਕੁਲ ਬਿਲਕੁਲ, ਚਾਹੇ ਤੁਸੀਂ ਜਿਹੜੇ ਮੈਰਿਜ ਪੈਲਸ ਹੋ ਗਏ ਚਾਹੇ ਹੋਟਲ ਹੋ ਗਏ, ਸਾਰਿਆਂ ਮੁੱਦਿਆਂ ਨੂੰ ਲੈ ਕੇ ਵੀ ਤੁਸੀਂ 4 ਬੰਦੇ ਬੈਠਣ ਤੇ ਰੋਕ ਰਹੇ ਆ ਜਾਂ ਆਟੋ 'ਚ ਬੈਠਣ ਤੋਂ ਗੱਡੀ 'ਚ ਬੈਠਣ ਤੋਂ, ਦੂਜੇ ਪਾਸੇ ਤੁਸੀਂ ਬੱਸ ਦੇ ਵਿੱਚ ਬੈਠੀਆਂ ਜਾ ਰਹੀਆਂ, ਇਹ ਅਲੱਗ ਅਲੱਗ ਇੱਕ ਸਰਕਾਰ ਦੀ ਆਲੋਚਨਾ ਹੋ ਰਹੀ ਹੈ, ਇੱਕ ਇੱਕ ਅਲੱਗ ਵਿਸ਼ਾ ਹੈ। ਜਿੱਥੇ ਤੱਕ ਕਿਸਾਨਾਂ ਦਾ ਮੁੱਦਾ ਹੈ, ਹਾਲਾਂਕਿ ਲੰਬੇ ਸਮੇਂ ਤੋਂ ਕਿਸਾਨ ਆ ਜਿਹੜੇ ਕਿਸਾਨੀ ਮਸਲਿਆਂ ਨੂੰ ਲੈ ਕੇ ਆਪਣਾ ਸੰਘਰਸ਼ ਕਰਦੇ ਆ ਰਹੇ ਨੇ, ਬਥੇਰੀਆਂ ਜਥੇਬੰਦੀਆਂ ਅਲੱਗ ਅਲੱਗ ਜਥੇਬੰਦੀਆਂ ਆਪਣੇ ਪੱਧਰ 'ਤੇ ਸੰਘਰਸ਼ ਕਰਦੀਆਂ ਰਹੀਆਂ, ਪਰ ਇਹ ਪਿਛਲੇ ਲੰਬੇ ਸਮੇਂ ਤੋਂ ਬਾਅਦ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਸਮੁੱਚੀਆਂ ਜਥੇਬੰਦੀਆਂ ਉਹ ਇੱਕ ਮੰਚ ਪਰ ਇਕੱਠੀਆਂ ਹੋਈਆਂ ਜਾਂ ਆਪਣੇ ਆਪਣੇ ਪੱਧਰ 'ਤੇ ਸੇਮ ਡੇਟ ਨੂੰ ਇੱਕੋ ਦਿਨ ਨੂੰ ਸ਼ਕਤੀ ਪ੍ਰਦਰਸ਼ਨ ਉਹ ਕੀਤਾ। ਉਹਦੇ ਵਿੱਚ ਇਹ ਆ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਪੰਜਾਬ ਦੀਆਂ ਲੱਖੋਵਾਲ ਅਤੇ ਰਾਜੇਵਾਲ ਹੋ ਗਈਆਂ, ਉਹ ਤੋਂ ਇਲਾਵਾ 13 ਜਥੇਬੰਦੀਆਂ ਹੋਰ ਆ ਜਿਹੜੀਆਂ ਕਿ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਬਣੀ ਹੋਈ ਆ। ਉਹ ਡਾਕਟਰ ਦਰਸ਼ਨਪਾਲ ਉਹਨਾਂ ਦੇ ਕਨਵੀਨਰ ਨੇ, ਉਹਨਾਂ ਦੀ ਅਗਵਾਈ ਹੇਠ ਇੱਦਾਂ ਹੀ ਹੋਰ ਕਈ ਜਥੇਬੰਦੀਆਂ, ਉਹਨਾਂ ਨੇ ਜਿਹੜਾ ਕੱਲ੍ਹ ਪ੍ਰਦਰਸ਼ਨ ਕੀਤਾ, ਰੋਸ ਮੁਜ਼ਾਹਰਾ ਕੀਤਾ, ਉਹ ਆਪਣੇ ਆਪ ਦੇ ਜੀ ਇੱਕ ਕਮਾਲ ਦੀ ਗੱਲ ਆ। ਬਿਲਕੁਲ। ਹੁਣ ਜਿਹੜਾ ਤੁਹਾਡਾ ਅਗਲਾ ਸਵਾਲ ਆ ਵੀ ਇਹਦੇ ਵਿੱਚ ਕੇਂਦਰ ਸਰਕਾਰ ਆ ਜਿਹੜਾ ਉਹਦਾ ਜਿਹੜਾ ਰੋਸਾ ਹੈ ਜਾਂ ਕੇਂਦਰ ਸਰਕਾਰ ਤੱਕ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ, ਬਿਲਕੁਲ ਪਹੁੰਚੇਗਾ, ਪਹੁੰਚ ਗਿਆ ਜੀ। ਅਤੇ ਦੂਜੀ ਗੱਲ, ਹੁਣ ਤੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਤੀਆਂ ਉਹ ਹਮੇਸ਼ਾ ਆਪਣੇ ਪੰਜਾਬ ਮਸਲਿਆਂ ਨੂੰ ਲੈ ਕੇ ਗੱਲ ਕਰਦੀਆਂ ਰਹੀਆਂ ਜਾਂ ਹਰੇਕ ਆਪਣੇ ਆਪਣੇ ਸਟੇਟ ਦੇ ਮਸਲਿਆਂ ਨੂੰ, ਇਹ ਪਹਿਲੀ ਵਾਰੀ ਹੋਇਆ ਕਿ ਜਿਹੜੇ ਕੇਂਦਰ ਸਰਕਾਰ 3 ਆਰਡੀਨੈਂਸ ਲੈ ਕੇ ਆਈ ਹੈ ਉਹਦੇ ਖਿਲਾਫ਼ ਸਮੁੱਚੇ ਜਿਹੜੀ ਦੇਸ਼ ਦੇ ਵਿੱਚ ਇੱਕ ਇਹ ਆਰਡੀਨੈਂਸਾਂ ਦੇ ਖਿਲਾਫ਼ ਇੱਕ ਰੋਹ ਆ ਜਿਹੜਾ ਗੁੱਸਾ ਹੈ ਜਾਂ ਪ੍ਰਦਰਸ਼ਨ ਆ ਜਿਹੜਾ ਉਹ ਕਿਸਾਨਾਂ ਨੇ ਕੀਤਾ। ਉਸੇ ਸਿਲਸਿਲੇ ਦੇ ਤਹਿਤ ਆ ਜਿਹੜਾ ਪੰਜਾਬ ਦੀਆਂ ਜਿਹੜੀਆਂ 13 ਜਥੇਬੰਦੀਆਂ ਉਹਨਾਂ ਨੇ ਟਰੈਕਟਰ ਮਾਰਚ ਕਰਕੇ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਜਾਮ ਕੀਤਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀਗੀ ਵੀ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਸੋਸ਼ਲ ਮੀਡੀਆ ਪੂਰੀ ਭੜਾਸ ਕੱਢ ਲਓ, ਪਰ ਉਹਨਾਂ ਨੇ ਰੋਕਣ ਦਾ ਯਤਨ ਵੀ ਕੀਤਾ, ਪਰ ਜਿਹੜੀਆਂ ਇਹ ਜਥੇਬੰਦੀਆਂ ਇਹ ਆਪਣੇ ਫੈਸਲੇ ਪਰ ਅੜੀਆਂ ਰਹੀਆਂ ਅਤੇ ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਣਾ ਕੰਮ ਕੀਤਾ ਅਤੇ ਆਪਣੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕੀਤਾ ਅਤੇ ਆਵਾਜ਼ ਆ ਜਿਹੜੀ ਦਿੱਲੀ ਤੱਕ ਜ਼ਰੂਰ ਗਈ, ਜ਼ਰੂਰ ਗਈ ਆ ਦਿੱਲੀ ਤੱਕ, ਜ਼ਰੂਰ ਗਈ ਆ। ਹੁਣ ਦਿੱਲੀ ਫੈਸਲਾ ਪਲਟੇਗੀ ਜਾਂ ਨਹੀਂ ਪਲਟੇਗੀ ਇਹਦਾ ਬਾਅਦ ਦਾ ਸਵਾਲ ਹੈ, ਪਰ ਇੱਕ ਗੱਲ ਜ਼ਰੂਰ ਗਈ ਹੈ ਕਿ ਇਹਨਾਂ ਅੱਜ ਦੇ ਜਿਹੜੇ ਪ੍ਰੋਟੈਸਟ ਹੋਇਆ ਕੱਲ੍ਹ ਇਹਨਾਂ ਪ੍ਰੋਟੈਸਟ ਦੇ ਨਾਲ ਜਿਹੜੀ ਕੇਂਦਰ ਦੀ BJP ਆ ਜਾਂ ਉਹਦੇ ਨਾਲ ਜਿਹੜੀਆਂ ਦੂਜੀਆਂ ਧਿਰਾਂ ਖੜੀਆਂ ਉਹਨਾਂ ਨੂੰ ਘੱਟੋ ਘੱਟ ਇਹ ਪਤਾ ਲੱਗ ਗਿਆ ਵੀ ਜਿਹੜੀ ਕਿਸਾਨੀ ਜਥੇਬੰਦੀਆਂ ਜਾਂ ਕਿਸਾਨ ਵਰਗ ਆ ਉਹ ਸਾਡਾ ਵੋਟ ਬੈਂਕ ਆ ਜਿਹੜਾ ਉਹਨਾਂ ਤੋਂ ਨਿਰਾਸ਼ ਆ, ਉਹ ਸਾਡੇ ਇਸ ਫੈਸਲੇ ਤੋਂ ਹਤਾਸ਼ ਹੋਇਆ। ਹੋ ਸਕਦਾ ਹੈ ਕਿ ਜਦੋਂ ਇਹ ਵੱਡਾ ਵੋਟ ਬੈਂਕ ਆ ਕਿਸਾਨੀ ਦਾ, ਸਮੁੱਚੇ ਦੇਸ਼ ਦੇ ਵਿੱਚ ਵੱਡਾ ਵੋਟ ਬੈਂਕ ਕਿਸਾਨੀ ਹੈ, ਹੋ ਸਕਦਾ ਵੀ ਇਹ ਧਿਰਾਂ ਜਿਹੜੀਆਂ ਉਹਨਾਂ ਪਰ ਦਬਾਅ ਪਾਉਣ ਕਿਤੇ ਨਾ ਕਿਤੇ।
ਜਿਵੇਂ ਕਿ ਹੁਣ ਆਪਾਂ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਗੱਲ ਕਰਦੇ ਹਾਂ, ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਨੇ ਜਦੋਂ ਇਹ ਪ੍ਰੋਟੈਸਟ ਹੋ ਰਿਹਾ ਰੱਖਣਾ ਸੀਗਾ ਉੱਥੇ, ਦੋ ਦਿਨ ਪਹਿਲਾਂ ਇੱਕ ਬਿਆਨ ਦਿੰਦੇ ਨੇ ਕਿ ਜੇਕਰ ਸਮੁੱਚੀਆਂ ਧਿਰਾਂ ਆਪਣਾ ਖੇਤੀਬਾੜੀ ਮੰਤਰੀ ਤੋਂ ਕੋਈ ਸਪਸ਼ਟੀਕਰਨ ਲੈਣਾ ਚਾਹੁੰਦੀਆਂ ਨੇ ਤਾਂ ਉਹ ਵਫਦ ਦੀ ਅਗਵਾਈ ਕਰਨ ਨੂੰ ਤਿਆਰ ਨੇ, ਨਾਲ ਜਾਣ ਨੂੰ ਤਿਆਰ ਨੇ ਕਲੈਰੀਫਿਕੇਸ਼ਨ ਲੈਣ ਵਾਸਤੇ। ਉਹਦਾ ਮਤਲਬ ਵਿਰੋਧ ਇਹ ਹੋਇਆ ਲੋਕਾਂ ਦੇ ਵਿੱਚ ਜਾਂ ਕਿਸਾਨਾਂ ਦੇ ਵਿੱਚ ਕਿ ਜਦੋਂ ਸੱਚਮੁੱਚ ਸਾਰੀਆਂ ਜਥੇਬੰਦੀਆਂ ਨੂੰ ਪਤਾ ਹੈ, ਸਾਰਾ ਪੰਜਾਬ ਆ ਜਿਹੜਾ ਵਿਰੋਧ ਕਰ ਰਿਹਾ, ਸਾਰੀਆਂ ਰਾਜਨੀਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਅਕਾਲੀ ਦਲ ਐਂਡ ਭਾਜਪਾ ਨੂੰ ਛੱਡ ਕੇ, ਤਾਂ ਹਜੇ ਵੀ ਉਹ ਗੱਲ ਕਹਿ ਰਿਹਾ ਵੀ ਜੇ ਕੋਈ ਸਪਸ਼ਟੀਕਰਨ ਲੈਣਾ। ਅਕਾਲੀ ਦਲ ਨੇ ਸਿਰਫ ਇੱਕ ਮੁੱਦਾ ਜਿਹੜਾ ਇੱਕ ਨੁਕਤਾ ਉਹ ਫੜਿਆ ਹੋਇਆ MSP, ਠੀਕ ਹੈ ਵੀ MSP ਆ ਜਿਹੜੀ ਉਹ ਬੰਦ ਨਹੀਂ ਹੋਵੇਗੀ। ਠੀਕ ਆ ਵੀ ਆਪਾਂ ਦੋ ਸਰਕਾਰ ਜਿਹੜੀਆਂ ਫਸਲਾਂ ਆ ਜਾਣਗੀਆਂ, ਤਿੰਨ ਆ ਜਾਣਗੀਆਂ, ਚਾਰ ਆ ਜਾਣਗੀਆਂ, ਫਸਲਾਂ ਨਹੀਂ ਹੋਣਗੀਆਂ। ਸੋਚਣ ਅਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ 26 ਜਿਹੜੀਆਂ ਫਸਲਾਂ ਹੈ ਉਹਨਾਂ ਪਰ MSP ਸਰਕਾਰ ਹਰੇਕ ਸਾਲ ਐਲਾਨਦੀ ਹੈ, ਪਰ ਮਿਲਦੀ ਕਦੇ ਨਹੀਂ, ਮਿਲਦੀ ਸਿਰਫ ਕਣਕ ਅਤੇ ਝੋਨੇ ਦੀ ਹੈ। ਜਾਂ ਤਾਂ ਅਕਾਲੀ ਦਲ ਇਹ ਵੀ ਜ਼ੋਰ ਪਾਵੇ ਵੀ ਜਿਹੜੀਆਂ 26 ਫਸਲਾਂ ਪਰ ਸਰਕਾਰ ਐਲਾਨਦੀ ਆ, ਦਾਲਾਂ ਹੋ ਗਈਆਂ, ਗੰਨਾ ਹੋ ਗਿਆ, ਜਾਂ ਜਿਹੜੀਆਂ ਹੋਰ ਕਪਾਹ ਹੋ ਗਈ, ਮੱਕੀ ਹੋ ਗਈ, ਵੀ ਇਹਨਾਂ MSP ਜਿਹੜਾ ਮਿਲਣ ਦਾ ਭਾਅ ਹੈ ਜਿਹੜਾ ਉਹ ਲਾਜ਼ਮੀ ਕਰਾਰ ਦਿੱਤਾ ਜਾਵੇ। ਤਾਂ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨ ਆ ਉਹ ਅਕਾਲੀ ਦਲ ਦੀ ਜਿਹੜੀ ਕਹਿਣੀ ਅਤੇ ਕਥਨੀ ਪਰ ਵਿਸ਼ਵਾਸ ਕਰਨਗੀਆਂ। ਜਦੋਂ ਜਿਹੜੀ ਦੋ ਫਸਲਾਂ ਤੋਂ ਇਲਾਵਾ ਬਾਕੀ ਫਸਲਾਂ ਪਰ ਮਿਲਦੀ ਨਹੀਂ ਹੈਗੀ, ਫਿਰ ਤੁਸੀਂ ਇਹ ਕਿਵੇਂ ਆਪਣੇ ਆਪ ਨੂੰ ਯਕੀਨ ਦਵਾਉਣਗੇ ਕਿ ਜਿਹੜੀ MSP ਮਿਲਦੀ ਰਹੂਗੀ? ਕਿਤੇ ਕਿਤੇ ਸੱਚਮੁੱਚ ਜਿਹੜੇ ਆਰਡੀਨੈਂਸ ਆਏ ਨੇ ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਨੂੰ ਇਹ ਬਿਲਕੁਲ ਤਬਾਹ ਕਰ ਦੇਣਗੇ। ਇਹਦੇ ਨਾਲ ਸਮੁੱਚਾ ਜਦੋਂ ਮੰਡੀਕਰਨ ਸਿਸਟਮ ਤਬਾਹ ਹੋਊਗਾ, ਮੰਡੀਆਂ ਭੰਗ ਹੋਣਗੀਆਂ, ਜਿਹੜੀਆਂ ਮੰਡੀ ਖੇਤਰ ਦੇ ਅਧੀਨ ਜੋ ਆਉਂਦਾ ਮੰਡੀਕਰਨ ਬੋਰਡ ਦੇ ਅਧੀਨ ਜਿਹੜੀਆਂ ਸੜਕਾਂ ਆਉਂਦੀਆਂ ਉਹ ਸੜਕਾਂ ਦਾ ਵਿਕਾਸ ਰੁਕ ਜਾਵੇਗਾ, ਸੜਕਾਂ ਬਣਨੀਆਂ ਬੰਦ ਹੋਣਗੀਆਂ। 2000 ਕਰੋੜ ਦੇ ਕਰੀਬ ਜਿਹੜਾ ਮੰਨਿਆ ਜਾਂਦਾ ਕਿ ਮੰਡੀ ਕਰਨ ਜਿਹੜਾ ਵਿਭਾਗ ਆ ਉਹਨੂੰ ਉਹ ਇਕੱਠਾ ਕਰਦਾ 2000 ਕਰੋੜ ਦਾ ਜਿਹੜਾ ਰੈਵਨਿਊ, ਕੋਈ ਛੋਟੀ ਵੱਡੀ ਗੱਲ ਨਹੀਂ ਹੁੰਦੀ। ਇਹ ਆਪਣੇ ਆਪ ਦੇ ਵਿੱਚ ਫਿਰ ਇਹਦੇ ਨਾਲ ਕਿਸਾਨੀ ਨੇ ਵੀ ਤਬਾਹ ਹੋਣਾ, ਖੇਤ ਮਜ਼ਦੂਰ ਆ ਜਿਹੜੇ ਪੱਲੇਦਾਰ ਆ ਉਹ ਵੀ ਹੋਣਗੇ, ਜਿਹੜੇ ਆੜ੍ਹਤੀਏ ਆ ਉਹ ਵੀ ਤਬਾਹ ਹੋਣਗੇ, ਜਿਹੜਾ ਮੁਲਾਜ਼ਮ ਵਰਗ ਆ ਉਹ ਸਾਰਾ ਵੀ, ਜਿਹੜੇ ਉੱਥੇ ਮੁਲਾਜ਼ਮ ਵਰਗ ਆ। ਚਲੋ ਇਹ ਹੁੰਦਾ ਵੀ ਮੁਲਾਜ਼ਮ ਪੱਕੇ ਆ, ਜਿਹੜੇ ਪੱਕੇ ਮੁਲਾਜ਼ਮ ਐਡਜਸਟ ਕਰਨਗੇ, ਸਰਕਾਰ ਦੀ ਮਜਬੂਰੀ ਹੁੰਦੀ ਆ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਐਡਜਸਟ ਕਰਨਾ, ਉਹਨਾਂ ਨੂੰ ਐਡਜਸਟ ਕਰ ਦੇਣਗੇ। ਜਿਹੜੇ ਸੀਜ਼ਨਲ ਕੰਮ ਕਰਦੇ ਨਾਲ ਜੁੜੇ ਨੇ, ਜਿਹੜੇ ਲੋਕ ਜੁੜੇ ਨੇ ਉਹ ਉਹਦਾ ਸਾਰੇ ਪ੍ਰਭਾਵਿਤ ਹੋਣਗੇ। ਜੇ ਮੰਨ ਲਓ ਪ੍ਰਾਈਵੇਟ ਬੰਦਾ ਵੀ ਕੋਈ ਫਸਲ ਖਰੀਦਣ ਵਾਸਤੇ ਆਉਂਦਾ, ਮੰਡੀਕਰਨ ਦੇ ਵਿੱਚ ਆਉਂਦਾ, ਆ ਸਕਦਾ, ਖਰੀਦ ਸਕਦਾ, ਪਰ ਜਿਹੜਾ ਲਾਲਾ ਹੁੰਦਾ ਪ੍ਰਾਈਵੇਟ ਵਿਅਕਤੀ ਹੁੰਦਾ ਉਹਨੇ ਆਪਣਾ ਮੁਨਾਫਾ ਦੇਖਣਾ ਹੁੰਦਾ। ਜੋ ਅੱਜ ਭਾਅ ਮਿਲਦੇ ਆ ਉੱਥੇ ਮਜ਼ਦੂਰਾਂ ਨੂੰ ਕੰਮ ਕਰਨ ਦੇ, ਹੋ ਸਕਦਾ ਵੀ ਠੇਕੇਦਾਰੀ ਦੇ ਅਧੀਨ ਆ ਕੇ ਉਹ ਜਿਹੜਾ ਮਾਲਕ ਆ ਉਹ ਨਾ ਇੰਨੇ ਦੇਣ। ਇਹ ਇਸ ਕਰਕੇ ਬਹੁਤ ਵੱਡਾ ਜਿਹੜਾ ਫੈਸਲਾ ਕਿਸਾਨ ਵਿਰੋਧੀ ਅਤੇ ਖੇਤ ਮਜ਼ਦੂਰ ਵਿਰੋਧੀ ਜਾਂ ਪੱਲੇਦਾਰ ਵਿਰੋਧੀ, ਉਹ ਸਰਕਾਰ ਦਾ ਫੈਸਲਾ। ਹੁਣ ਇਸੇ ਕਰਕੇ ਸਭ ਤੋਂ ਜ਼ਿਆਦਾ ਜਿਹੜੀ ਆਲੋਚਨਾ ਉਹ ਅਕਾਲੀ ਦਲ ਦੇ ਪ੍ਰਧਾਨ ਦੀ ਹੋ ਰਹੀ ਨੇ, ਕਿਉਂਕਿ ਉਹ ਜਦੋਂ ਵੀ ਕੋਈ ਗੱਲ ਕਰਦਾ ਬਾਰ ਬਾਰ ਕਹਿੰਦੇ ਕਿ ਮੈਂ ਕੁਰਬਾਨੀ ਦੇਣ ਲਈ ਤਿਆਰ ਹਾਂ ਕਿਸਾਨਾਂ ਲਈ, ਕੋਈ ਵੀ ਕੁਰਬਾਨੀ। ਉਹ ਕਿਹੜੀ ਕੁਰਬਾਨੀ ਦੀ ਗੱਲ ਕਰਦੇ ਆ? ਅਤੇ ਵਿਰੋਧੀ ਤਾਂ ਰੋਜ਼ ਰੌਲਾ ਪਾਉਂਦੇ ਰਹਿੰਦੇ ਆ, BJP ਦਾ ਸਾਥ ਛੱਡ ਕੇ ਦਿੱਲੀ ਤੋਂ ਮੁੜਿਆ ਉਹ, ਹੈਂ ਮੰਤਰੀ ਵਾਲਾ ਅਹੁਦਾ ਛੱਡਿਆ ਉਹ, ਮੰਤਰੀ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ। ਕੀ ਕੁਰਬਾਨੀ ਸਿਰ ਮੰਤਰੀ ਦਾ ਅਹੁਦਾ ਤਿਆਗਣਾ ਹੀ ਹੈ ਜਾਂ ਕੋਈ ਹੋਰ ਕੁਰਬਾਨੀ ਦੀ ਗੱਲ? ਨਹੀਂ ਨਹੀਂ, ਸਭ ਤੋਂ ਵੱਡੀ ਗੱਲ ਤਾਂ ਦੀਪਕ ਜੀ, ਜੇ ਆਪਾਂ ਪੋਲੀਟੀਕਲ ਤੌਰ 'ਤੇ ਦੇਖੀਏ, ਰਾਜਸੀ ਤੌਰ 'ਤੇ ਤਾਂ ਫਿਰ ਵੱਡੀ ਜਿਹੜੀ ਪੋਸਟ ਆ ਉਹ ਕੇਂਦਰੀ ਮੰਤਰੀ ਦੀ ਜਿਹੜੀ ਪੋਸਟ ਆ ਨਾ, ਉਹੀ ਉਹ ਕਹਿ ਰਹੇ ਨਾ ਵੀ ਜੇ ਉਹ ਕੁਰਬਾਨੀ ਕਰਨਾ ਚਾਹੁੰਦਾ ਵੀ ਮਾਰੇ ਠੋਕਰ ਜੀ, ਹਰਸਿਮਰਤ ਨੂੰ ਕੇਂਦਰੀ ਮੰਤਰੀ ਮੰਡਲ ਹੈ ਜਿਹੜਾ ਬਾਹਰ ਕੱਢੋ। ਉਹ ਇਸੇ ਕਰਕੇ ਜਿਹੜੀਆਂ ਜਿਹੜੇ ਸਿਆਸੀ ਧਿਰਾਂ ਉਹ ਡਿਮਾਂਡ ਕਰਦੀਆਂ ਕਿ ਜੇਕਰ ਉਹ ਆਪਣੀ ਸੀਟ ਛੱਡ ਕੇ ਆਉਂਦੇ ਨੇ ਕੇਂਦਰੀ ਮੰਤਰੀ ਵਾਲੀ, ਫਿਰ ਅਸੀਂ ਮੰਨ ਸਕਦੇ ਵੀ ਹਾਂ ਉਹ ਪੰਜਾਬ ਦੇ ਨਾਲ ਖੜੇ ਨੇ, ਪੰਜਾਬ ਦੇ ਹਿੱਤਾਂ ਦੇ ਉਹਨਾਂ ਨੂੰ ਮੋਹ ਆ, ਪੰਜਾਬ ਨਾਲ ਮੋਹ ਆ, ਪੰਜਾਬ ਨਾਲ ਪਿਆਰ ਆ, ਪੰਜਾਬ ਦੀ ਕਿਸਾਨੀ ਨਾਲ, ਪੰਜਾਬ ਦੀ ਜਵਾਨੀ ਨਾਲ ਉਹਨੂੰ ਪਿਆਰ ਆ, ਪੰਜਾਬ ਕਰਕੇ ਉਹਨਾਂ ਨੇ ਆਪਣੀ ਇੱਕ ਪੋਸਟ ਛੱਡ, ਪਰ ਉਹ ਛੱਡਣੀ। ਉਹ ਵਾਰ ਵਾਰ ਕੁਰਬਾਨੀ ਦੀ ਗੱਲ ਕਰੀ ਜਾਂਦੇ ਆ। ਕੱਲ੍ਹ ਜਿਵੇਂ ਕਿ ਹਰਪਾਲ ਸਿੰਘ ਚੀਮਾ ਲੀਡਰ ਓਪੋਜੀਸ਼ਨ ਆ, ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਕਿ ਕੁਰਬਾਨੀ ਆ ਜਿਹੜੀ ਬਹੁਤ ਵੱਡਾ ਮਸਲਾ ਵਾਲੀ ਗੱਲ ਆ, ਵੀ ਪੁਰਾਣੇ ਜਿਹੜੇ ਅਕਾਲੀ ਦਲ ਦੇ ਜਿਹੜੇ ਆਗੂ ਹੋਏ ਨੇ, ਟਕਸਾਲੀ ਅਕਾਲੂ ਜਾਂ ਵੱਡੇ ਹੋਏ ਨੇ, ਉਹਨਾਂ ਨੇ ਕੁਰਬਾਨੀਆਂ ਕੀਤੀਆਂ। ਇਸ ਕਰਕੇ ਤੁਸੀਂ ਜਿਹੜੀ ਵਾਰ ਵਾਰ ਗੱਲਾਂ ਕਹੀ ਜਾਂਦਾ ਉਹਦਾ ਮਸਲੇ ਨੂੰ ਸਮਝੋ, ਤੁਸੀਂ ਕਿਹੜੀ ਕੁਰਬਾਨੀ ਦੀ ਗੱਲ ਕਰਦੇ ਆ? ਜਾਂ ਤਾਂ ਕੁਰਬਾਨੀ ਕਰਨ ਨਾ, ਕਰਨ ਦਿਖਾ ਦੇਣ ਵੀ ਅਸੀਂ ਲਓ ਜੀ ਤੁਹਾਡੇ ਪੰਜਾਬ ਵਾਸਤੇ। ਕਿ ਕਿਹੜੀ ਕੁਰਬਾਨੀ ਕੀ ਉਹ ਤੁਹਾਨੂੰ ਲੱਗਦਾ ਕਿ ਮੰਤਰੀ ਮੰਡਲ ਛੱਡਣਾ ਹੀ ਆ ਜਾਂ ਗੱਠਜੋੜ ਤੋੜਨਾ ਜਾਂ ਵਿਰੋਧ ਦੇ ਵਿੱਚ ਫਿਰ ਦਿੱਲੀ ਨੂੰ ਜਾਣਾ ਕਿ ਕੁਛ ਨਾ ਕੁਛ ਤਾਂ ਕਰਕੇ ਦਿਖਾਉਣਾ ਪਏਗਾ ਨਾ ਜੇ ਕਿਸਾਨ ਹਿਤੈਸ਼ੀ ਹੋ? ਜੇ ਦੇਖੋ ਦੀਪਕ ਜੀ, ਕਿਸਾਨ ਹਿਤੈਸ਼ੀ ਆ ਤਾਂ ਉਹਨਾਂ ਨੂੰ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਖੜਨਾ ਪਵੇਗਾ। ਜੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਦੇ ਫਿਰ ਤੁਹਾਡੀ ਕਿਆ ਕੁਰਬਾਨੀ ਆ? ਜਦੋਂ ਤੁਹਾਡੀ ਕੁਰਬਾਨੀ ਦੀ ਗੱਲ ਆਉਂਦੀ ਆ, ਵਿਚਾਰਾਂ ਦੀ ਗੱਲ ਆਉਂਦੀ ਆ, ਉਦੋਂ ਤੁਸੀਂ ਪਿੱਛੇ ਹਟ ਜਾਂਦੇ ਆ। ਜਦੋਂ ਸਰਵ ਪਾਰਟੀ ਮੀਟਿੰਗ ਹੋਈ, ਸਰਵ ਪਾਰਟੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਆਇਆ
अकाली दल पहले तो अपोज करता रहा, सरकार निंदता रहा भी नहीं जी 2017 के बीच अगस्त 2017 से सही फैसला जिहड़ा वह तो कैप्टन अमरिंदर सिंह की सरकार ने भी यह फैसला लागू कर दिता जा सदन के विधानसभा के मता पास कर दिता गया फैसले इंप्लीमेंट करने वास्ते वह मते नूं अज कोई नहीं देख रहा। अज सारे दी नज़रां जिहड़े केंद्र वाले तीन मतियां ते लगियां होईयां। इस करके जे वह सर्व पार्टी मीटिंग के माड़ी मोटी जिहड़ी इज्जत थी भलती वह अकाली दल की बड़ी सी। उस तों बाद दूजे दिन फिर प्रैस कानफ्रेंस के जाके प्रैस कानफ्रेंस करके भी नहीं जी ये गलत फैसला ਸਾਡੇ ਬਾਰੇ ਗਲਤ ਜਿਹੜਾ ਕਿ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਾਣੀ ਕਿ ਕਰੀ ਕਤਰੀ ਦੇ ਵਿੱਚ ਫਿਰ ਮਤਲਬ ਕਹਿੰਦੇ ਵੀ ਲੱਸੀ ਘੋਲ ਕੇ ਉਹਨਾਂ ਨੇ ਚੰਗੀ ਭਲੀ ਇੱਜ਼ਤ ਬਣ ਰਹੀ ਸੀਗੀ ਲੋਕਾਂ ਦੇ ਚ ਕਿ ਗੱਲ ਚਲੇ ਗਈ ਤੇ ਵੀ ਚਲੋ ਕਹਿੰਦੇ ਹੁੰਦਾ ਵੀ ਰਾਤ ਦਾ ਭੁੱਲਿਆ ਜੇ ਘਰ ਆ ਜਾਵੇ ਉਹਨੂੰ ਭੁੱਲਿਆ ਨਾ ਜਾਣੇ ਵੀ ਉਹਨਾਂ ਦੇ ਸਰਵ ਪਾਰਟੀ ਮੀਟਿੰਗ ਦੇ ਵਿੱਚ ਅਕਾਲੀ ਦਲ ਨਾਲ ਖੜ ਗਿਆ ਉਹ ਫਿਰ ਆਪਣੇ ਆਪ ਨੂੰ ਉਹਨਾਂ ਨੇ ਬੋਲ ਕੇ ਗੱਲ ਕਰਦ ਵੀ ਨਹੀਂ ਇਸ ਤਾਂ ਕੇਂਦਰ ਦੇ ਸਰਕਾਰ ਦੇ ਨਾਲ ਖੜਿਆ ਉਹ ਮੈਨੂੰ ਲੱਗਦਾ ਉਹ ਵੀ ਜਿਹੜੀ ਅਕਾਲੀ ਦਲ ਦੇ ਪ੍ਰਧਾਨ ਦੀ ਇੱਕ ਵੱਡੀ ਭੁੱਲ ਸੀਗੀ। ਕੀ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਇਸ ਮਸਲੇ 'ਚੋਂ ਉੱਭਰ ਲਈ ਤਾਂ ਜਿਹੜੀ ਕੁਰਬਾਨੀ ਵਾਰ ਵਾਰ ਸੁਖਬੀਰ ਕਹਿੰਦੇ ਨੇ ਦੇ ਸਕਦੇ ਨੇ ਗਠਬੰਧਨ 'ਚੋਂ ਬਾਹਰ ਆ ਸਕਦੇ ਨੇ ਗੱਠਜੋੜ ਛੱਡ ਸਕਦੇ ਨੇ ਜਾਂ ਬੀਬੀ ਹਰਸਿਮਰਤ ਕੌਰ ਰੋਸ ਵਜੋਂ ਅਸਤੀਫਾ ਦੇ ਕੀ ਲੱਗਦਾ ਹੈ ਆਉਣ ਵਾਲੇ ਦਿਨਾਂ 'ਚ ਸੰਭਾਵਨਾ ਹੈ? ਦੇਖੋ ਜੀ ਦੇਖੋ ਅੱਜ ਦੇ ਜੇ ਆਪਾਂ ਮੌਕਾ ਦੇਖੀਏ ਜਾਂ ਅਜੇ ਜਿਹੜੀ ਅਜੋਕੀ ਸਿਆਸਤ ਚੱਲ ਰਹੀ ਹੈ ਜੇ ਆਪਾਂ ਉਹਦੇ ਪਰ ਨਜ਼ਰਾਂ ਮਾਰੀਏ ਤਾਂ ਇਹ ਗੱਲ ਲੱਗਦਾ ਹੈ ਕਿ ਅਕਾਲੀ ਦਲ ਆ ਜਿਹੜਾ ਬੀਜੇਪੀ ਦਾ ਸਾਥ ਬਿਲਕੁਲ ਨਹੀਂ ਛੱਡੇਗਾ, ਨਹੀਂ ਛੱਡ ਸਕਦਾ ਕਿਉਂਕਿ ਇਹ ਇਕੱਲੀ ਇਹਨਾਂ ਦੀ ਰਾਜਸੀ ਸਾਂਝ ਨਹੀਂ ਹੈਗੀ, ਕਈ ਤਰ੍ਹਾਂ ਦੀ ਇਹਨਾਂ ਦੀ ਜਿਹੜੀ ਬਿਜ਼ਨਸ ਦੀ ਹੈ ਜਿਹੜੀ ਪੋਲੀਟੀਕਲ ਬਿਜ਼ਨਸ ਦੀ ਜਿਹੜੀ ਸਾਂਝ ਆ ਉਹ ਵੀ ਇਹਨਾਂ ਦੀ ਬਹੁਤ ਜੁੜੀ ਹੋਈ ਹੈ। ਇਸ ਕਰਕੇ ਅਕਾਲੀ ਦਲ ਦਾ ਬੀਜੇਪੀ ਦਾ ਖਹਿੜਾ ਛੱਡਣਾ ਇੱਕ ਤਰ੍ਹਾਂ ਨਾਲ ਬਹੁਤ ਅਕਾਲੀ ਦਲ ਜੇ ਤੁਸੀਂ ਕਹਿੰਦੇ ਹੋ ਇਹ ਸਾਂਝ ਹੈ ਫਿਰ ਤਾਂ ਬੀਜੇਪੀ ਵੀ ਨਹੀਂ ਛੱਡ ਸਕਦੀ ਇਹਨਾਂ ਨੂੰ, ਪਰ ਜਦੋਂ ਕਿ ਕੋਈ ਕਹੀ ਜਾਂਦਾ ਢੀਂਡਸੇ ਨਾਲ ਜਾ ਸਕਦੇ ਨੇ, ਕੋਈ ਕਹਿੰਦਾ ਢੀਂਡਸਾ ਉਹਨਾਂ ਨੇ ਖੜਾ ਕੀਤਾ, ਇਹ ਸਾਰੀਆਂ ਚਰਚਾ ਹੋ ਕੇ ਬੀਜੇਪੀ ਕੱਲ੍ਹ ਨੂੰ ਕੋਈ ਪਿਛਲੀ ਅਗਲੀ ਵਾਰ ਨਵਾਂ ਅੱਡ ਲੜਨਾ ਚਾਹੁੰਦੀ ਆ। ਇੱਥੇ ਦੇ ਸਥਾਨਕ ਲੀਡਰ ਤਾਂ ਲਗਾਤਾਰ ਇਸ ਢੰਗ ਨਾਲ ਬੋਲ ਰਹੇ ਨੇ। ਦੀਪਕ ਜੀ ਦੇਖੋ ਬੀਜੇਪੀ ਤਾਂ ਛੱਡ ਸਕਦੀ, ਬੀਜੇਪੀ ਕੋਲ ਆਪਸ਼ਨ ਆ, ਅਕਾਲੀ ਦਲ ਕੋਲ ਆਪਸ਼ਨ ਨਹੀਂ ਨਾ ਹੈ। ਅਕਾਲੀ ਦਲ ਦੀ ਮਜਬੂਰੀ ਆ, ਬੀਜੇਪੀ ਦੀ ਮਜਬੂਰੀ ਨਹੀਂ। ਬੀਜੇਪੀ ਤਾਂ ਜਦੋਂ ਚਾਹੇਗਾ ਉਹਨਾਂ ਦਾ ਮਤਲਬ ਤੋੜ ਸਕਦੀ ਆ। ਜੇ ਉਹ ਦੇਖੂਗਾ ਵੀ ਅਕਾਲੀ ਦਲ ਦੇ ਵਿੱਚ ਜਿਹੜਾ ਢੀਂਡਸੇ ਦਾ ਧੜਾ ਉਹ ਭਾਰੂਆ ਕਿ ਸੁਖਬੀਰ ਦਾ ਧੜਾ ਭਾਰੂਆ, ਉਹ ਤਾਂ ਆਪਣੀ ਮਜਬੂਰੀ ਨੂੰ ਇੱਕ ਛੱਡ ਸਕਦੇ ਨੇ, ਪਰ ਅਕਾਲੀ ਦਲ ਕੋਲ ਮਜਬੂਰੀ ਨਹੀਂ, ਉਹ ਫਸਿਆ ਹੋਇਆ ਨਾ ਮਜਬੂਰੀ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇਹ ਵੀ ਲੱਗ ਰਿਹਾ ਕਿ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਜਿਹੜੀ ਉਹਨਾਂ ਨੂੰ ਸਕੰਜਾ ਕਰ ਸਕਦੀ ਆ ਪਿਛਲੇ 10 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਬੇਅਦਬੀ ਮਾਮਲੇ ਦੇ ਵਿੱਚ ਘਿਰਿਆ ਹੋਇਆ। ਬਿਲਕੁਲ ਜਿਹੜੀ CBI ਆ ਜਿਹੜੀ ਅੱਜ ਵਾਰ ਵਾਰ ਇਹੀ ਦੋਸ਼ ਲੱਗ ਰਹੇ ਨੇ ਨਾ ਪੰਜਾਬ ਦੇ ਲੋਕ ਜਾਂ ਪੰਥਕ ਧਿਰਾਂ ਲਾ ਰਹੀਆਂ ਵੀ ਕੈਪਟਨ ਅਮਰਿੰਦਰ ਸਿੰਘ ਉਹ ਵੀ ਨਹੀਂ ਕਾਰਵਾਈ ਕਰ ਰਿਹਾ, ਇੱਕ ਪਾਸੇ ਸਿੱਟ ਬਣੀ ਹੋਈ ਆ, ਦੂਜੇ ਪਾਸੇ ਵਾਰ ਵਾਰ ਜਿਹੜੀ CBI ਆ ਉਹਨੇ ਕਲੋਜ਼ਰ ਰਿਪੋਰਟ ਦਿੱਤੀ ਪਹਿਲਾਂ, ਕਲੋਜ਼ਰ ਰਿਪੋਰਟ ਦੇਣ ਤੋਂ ਬਾਅਦ ਹੁਣ ਫਿਰ ਕਹਿ ਰਹੀ ਆ ਵੀ ਜਦੋਂ ਅਸੀਂ ਉਹ ਜਾਂਚ ਕਰਨੀ ਆ। ਕਿਤੇ ਨਾ ਕਿਤੇ ਪੰਜਾਬ ਦੀਆਂ ਜਿਹੜੇ ਲੋਕ ਨੇ ਜਾਂ ਪੰਥਕ ਧਿਰਾਂ ਨੇ ਉਹਨਾਂ ਦੇ ਵਿੱਚ ਇਹ ਗੱਲ ਵੀ ਜਾ ਰਹੀ ਹੈ ਕਿ ਮੋਦੀ ਸਰਕਾਰ ਰਾਹੀਂ ਕੇਂਦਰੀ ਦਵਾ ਰਾਹੀਂ ਉਹ CBI ਆ ਜਿਹੜੀ ਉਹਨੂੰ ਦਵਾ ਰਹੀ ਆ ਵੀ ਉਹਦੇ ਵਿੱਚ ਫੈਸਲਾ ਲੈਣਾ ਚਾਹੁੰਦੀ ਹੈ ਪਿਛਲੀ ਸਰਕਾਰ, ਇਹ ਵੀ ਤਾਂ ਕਿਤੇ ਨਾ ਕਿਤੇ ਗੱਲ ਜਾ ਰਹੀ ਹੈ ਨਾ। ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਅਕਾਲੀ ਦਲ ਨੂੰ ਵੀ ਇਹੀ ਲੱਗ ਰਿਹਾ ਵੀ ਜੇਕਰ ਉਹ ਪਿੱਛੇ ਚਲੇ ਜਾਊਂਗੇ ਤਾਂ ਜਿਹੜੇ ਮੁੱਦਿਆਂ ਨੂੰ ਲੈ ਕੇ ਉਹ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਚੱਕਦੇ ਰਹੇ ਨੇ ਜਾਂ ਲੋਕ ਚੱਕਦੇ ਰਹੇ ਨੇ ਉਹ ਕੇਸ ਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਕੋਲ ਹੱਥ ਖੁੱਲ੍ਹਾ ਹੋ ਜਾਏਗਾ, ਹੱਥ ਖੁੱਲ੍ਹਾ ਹੋ ਜਾਏਗਾ ਜੇ ਕਾਰਵਾਈ ਕਰਨ ਵਾਸਤੇ ਬੀਜੇਪੀ ਤੋਂ ਬਾਹਰ ਆ ਜਾਂਦੇ ਨੇ, ਬੀਜੇਪੀ ਤੇ ਬਾਹਰ ਹੋ ਸਕਦਾ ਫਿਰ ਬੀਜੇਪੀ ਚੁੱਪ ਰਹਿ ਜਵੇ। ਹੁਣ ਕਿਤੇ ਨਾ ਕਿਤੇ ਅਸ਼ੀਰਵਾਦ ਵਾਲਾ ਹੱਥ ਚੱਕ ਸਕਦੀ ਹੈ ਜਿਹੜਾ ਹੁਣ CBI ਰਾਹੀਂ ਮਿਲ ਰਿਹਾ, ਕਿਉਂਕਿ ਜਿਹੜਾ ਗ੍ਰਹਿ ਵਿਭਾਗ ਆ ਜਿੰਨੀਆਂ ਰਾਜਸੀ ਸ਼ਕਤੀਆਂ ਗ੍ਰਹਿ ਵਿਭਾਗ ਕੋਲ ਹੁੰਦੀਆਂ ਉਹ ਬੀਜੇਪੀ ਦੇ ਕੋਲ ਨੇ, ਰਾਜਨਾਥ ਜੀ ਉਹਨਾਂ ਦੇ ਮੰਤਰੀ ਨੇ, ਇਸ ਕਰਕੇ ਰਾਜਨਾਥ ਉਹਨਾਂ ਦੇ ਨਾਲ ਜਿਹੜਾ ਬੀਜੇਪੀ ਦੇ ਜਿਹੜੇ ਵੱਡੇ ਆਗੂ ਨੇ ਉਹਦੇ ਨਾਲ ਅਕਾਲੀ ਦਲ ਦੀ ਜਿਹੜੀ ਚੰਗੀ ਸਾਂਝ ਹੈਗੀ ਆ, ਇਸੇ ਕਰਕੇ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੀਆਂ ਗਲਵੱਕੜੀ ਆ ਰਿਸ਼ਤਿਆਂ ਦੀ ਜਿਹੜੀ ਸਾਂਝ ਆ ਉਹ ਪਕੜ ਬਹੁਤ ਮਜ਼ਬੂਤ ਹੋਈ ਹੋਈ ਆ। ਇਸ ਕਰਕੇ ਛੇਤੀ ਛੇਤੀ ਜਿਹੜਾ ਬੀਜੇਪੀ ਔਰ ਅਕਾਲੀ ਦਲ ਦਾ ਜਿਹੜਾ ਗੱਠਜੋੜ ਆ ਉਹ ਟੁੱਟਣ ਦੀ ਸੰਭਾਵਨਾ ਬਹੁਤ ਘੱਟ ਆ। ਸ਼ਿਬਰ ਬਾਜੀ ਉਹਨਾਂ ਦਾ ਮੰਨਣਾ ਕਿ ਅਕਾਲੀ ਦਲ ਨਹੀਂ ਛੱਡਣਾ ਚਾਹੁੰਦਾ ਬੀਜੇਪੀ ਨੂੰ, ਬੀਜੇਪੀ ਕੋਲ ਬਥੇਰਾ ਬਦਲ ਹੈਗਾ, ਉਹ ਜਦੋਂ ਚਾਹੇ ਸਾਥ ਛੱਡ ਸਕਦੀ ਹੈ, ਪਰ ਸਵਾਲ ਇਹ ਹੈ ਕਿ ਜੇਕਰ ਅਕਾਲੀ ਦਲ ਬਾਹਰ ਆਉਂਦਾ ਤਾਂ ਉਹਦੇ ਨਾਲ ਹੀ ਬੀਜੇਪੀ ਦਾ ਆਸ਼ੀਰਵਾਦ ਵਾਲਾ ਹੱਥ ਚੁੱਕ ਹੁੰਦਾ ਅਤੇ ਕੀ ਫਿਰ CBI ਮਨਮਰਜ਼ੀ ਕਰ ਸਕਦੀ ਹੈ ਅਤੇ ਕੈਪਟਨ ਅਮਰਿੰਦਰ ਆਪਣੀ ਮਨਮਰਜ਼ੀ ਕਰਦੇ ਨੇ, ਇਹ ਸਾਰੇ ਸਵਾਲ ਖੜ੍ਹੇ ਹੁੰਦੇ ਨੇ। ਪਰ ਇਹਨਾਂ ਸਵਾਲਾਂ ਵਿੱਚ ਕੈਪਟਨ ਅਮਰਿੰਦਰ ਵੀ ਕਈ ਸਵਾਲਾਂ 'ਚ ਕਰਦੇ ਜਾ ਰਹੇ ਨੇ। ਸੋ ਇਹ ਆਪਣੇ ਆਪ 'ਚ ਸਵਾਲ ਹੈ ਕਿ ਅਮਰਿੰਦਰ ਸਿੰਘ ਹੋਰਾਂ ਦੇ ਮੁਲਾਜ਼ਮਾਂ ਨਾਲ ਜਿਹੜਾ ਪੇਚਾ ਫਸਦਾ ਜਾ ਰਿਹਾ ਉਹਦੇ ਨਾਲ ਲੈ ਕੇ ਪੰਜਾਬ ਦੇ ਆਉਣ ਵਾਲੀ ਰਾਜਨੀਤੀ 'ਚ ਕੀ ਉਥਲ ਪੁਥਲ ਆਉਂਦੀ ਉਹ ਵੀ ਚਰਚਾ ਕਰਾਂਗੇ। ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਈ ਰੁਕਾਂਗੇ, ਹੁਣੇ ਪਰਸੋਂ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV।
ਵਿਜ਼ਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਜੀ ਇੱਕ ਵਾਰ ਫਿਰ ਸਵਾਗਤ ਹੈ ਜੀ। ਪੰਜਾਬ ਦੇ ਬੇਰੁਜ਼ਗਾਰ ਅਧਿਆਪਕ ਯੂਨੀਅਨਾਂ, ਪੰਜਾਬ ਦੇ ਨਰਸਾਂ ਡਾਕਟਰ, ਪੰਜਾਬ ਦੀਆਂ ਹੋਰ ਮੁਲਾਜ਼ਮ ਜਥੇਬੰਦੀਆਂ ਲਗਾਤਾਰ ਸਰਕਾਰ ਨੂੰ ਕਈ ਮਸਲਿਆਂ 'ਤੇ ਘੇਰਦੀਆਂ ਰਹਿੰਦੀਆਂ ਨੇ। ਖਾਸ ਕਰ ਅਧਿਆਪਕ ਜਥੇਬੰਦੀਆਂ ਦਾ, ਜਿਹੜੀਆਂ ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਨੇ, ਉਹ ਤਾਂ ਲਗਾਤਾਰ ਕੈਪਟਨ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੀਆਂ ਨੇ। ਪਰ ਇਸ ਦੇ ਦਰਮਿਆਨ ਹੁਣ ਸਰਕਾਰੀ ਮੁਲਾਜ਼ਮ ਨਿੱਤਰਨ ਲੱਗੇ ਨੇ ਉਹਨਾਂ ਦੇ ਖਿਲਾਫ਼, ਪੇ ਕਮਿਸ਼ਨ ਨੂੰ ਲੈ ਕੇ ਇੱਕ ਪੇਜ ਫਸਿਆ। ਉਹ ਸਾਰਾ ਮਾਮਲਾ ਹੈ ਕਿ ਉਹਦੇ ਨਾਲ ਰਾਜਨੀਤਿਕ ਅਸਰ ਕੀ ਪਏਗਾ, ਇਹ ਜਾਣਨ ਦੀ ਕੋਸ਼ਿਸ਼ ਕਰਦੇ। ਸ਼ਿਵਰ ਭਾਅ ਜੀ, ਪਹਿਲਾਂ ਤਾਂ ਮਾਮਲਾ ਦੱਸੋ ਸਾਰਾ, ਕੀ ਆ ਕੇ ਫਸਿਆ ਪੇ ਕਮਿਸ਼ਨ ਵਾਲਾ? ਦੀਪਕ ਜੀ, ਇਹ ਜਿਹੜਾ ਪੇ ਕਮਿਸ਼ਨ ਵਾਲਾ ਮਾਮਲਾ ਇਹ ਆ ਕਿ ਜਿਹੜੀਆਂ ਪੰਜਾਬ ਦੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜੀ ਤਨਖਾਹਾਂ ਹੈ ਪੰਜਾਬ ਸਰਕਾਰ ਆਪਣੇ ਪੱਧਰ ਤੇ ਜਿਹੜਾ ਇਹਨਾਂ ਦਾ ਪੇ ਕਮਿਸ਼ਨ ਇਹਨਾਂ ਨੇ ਬਣਾਇਆ ਹੋਇਆ, ਉਹ ਆਪਣੇ ਸਟੇਟ ਦੇ ਹਿਸਾਬ ਨਾਲ ਜਿਹੜੀਆਂ ਤਨਖਾਹਾਂ ਹੈ ਜਿਹੜੀਆਂ ਉਹ ਦਿੰਦੀਆਂ। ਪੰਜਾਬ ਦੇ ਜਿਹੜੇ ਮੁਲਾਜ਼ਮ ਤੇ ਉਹਨਾਂ ਨੂੰ ਗੁਆਂਢੀ ਸੂਬੇ ਆਪਣੇ ਜਿਹੜੇ ਹਰਿਆਣਾ ਅਤੇ ਹਿਮਾਚਲ ਆ ਉਹਨਾਂ ਨਾਲੋਂ ਵੀ ਵੱਧ ਤਨਖਾਹਾਂ ਮਿਲਦੀਆਂ ਰਹੀਆਂ, ਅਤੇ ਯੂਟੀ ਆ ਜਿਹੜੇ ਇਹਨਾਂ ਨੂੰ ਵੀ ਪੰਜਾਬ ਕੇਡਰ ਦੇ ਮੁਤਾਬਕ ਕਾਡਰ ਦੇ ਜਿਹੜੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਦੀਆਂ ਉਹ ਮਿਲਦੀਆਂ। ਜਿਹੜਾ ਕੇਂਦਰੀ ਪੇ ਕਮਿਸ਼ਨ ਆ ਉਹਦੀਆਂ ਤਨਖਾਹਾਂ ਕਾਫ਼ੀ ਘੱਟ ਨੇ, ਮਤਲਬ ਕੋਈ ਕਲਰਕ ਦੇ ਵਿੱਚ ਹੀ ਜਿਹੜਾ ਉਹਦਾ ਪੇ ਸਕੇਲ ਆ ਕੋਈ 500-700 ਰੁਪਏ ਦਾ ਕਹਿੰਦੇ ਫਰਕ ਮੰਨਿਆ ਜਾ ਰਿਹਾ ਕਲਰਕ ਦੇ ਸਕੇਲ ਦੇ ਵਿੱਚ ਹੀ। ਇਸ ਕਰਕੇ ਜਦੋਂ ਇਹ ਸਾਰੀ ਨੂੰ ਜੋੜ ਕੇ ਤਨਖਾਹ ਬਣਾਉਂਦੇ ਆ ਤਾਂ 7-8 ਹਜ਼ਾਰ ਰੁਪਏ ਦਾ ਫਰਕ ਮੰਨਿਆ ਜਾਂਦਾ ਕਲਰਕ ਲੈਵਲ 'ਤੇ। ਇਹ ਇੱਦਾਂ ਹੀ ਦਰਜਾ 4, ਦਰਜਾ 2, ਦਰਜਾ 3, ਦਰਜਾ 1 ਦੇ ਵਿੱਚ ਜੇ ਆਪਾਂ ਦੇਖੀਏ ਸਾਰਿਆਂ ਦੇ ਵਿੱਚ ਵੱਡਾ ਫਰਕ ਪੈ ਜਾਣਾ। ਅਤੇ ਜਦੋਂ ਕੇਂਦਰੀ ਜਿਹੜਾ ਤਨਖਾਹ ਸਕੇਲ ਦੇ ਜਿਹੜਾ ਬਣਦੇ ਆ ਕਮਿਸ਼ਨ ਬਣਦੇ ਨੇ ਉਹ ਵੀ ਫਿਰ ਸਮੁੱਚੇ ਦੇਸ਼ ਨੂੰ ਧਿਆਨ ਦੇ ਵਿੱਚ ਰੱਖ ਕੇ, ਮਹਿੰਗਾਈ ਨੂੰ ਧਿਆਨ 'ਚ ਰੱਖ ਕੇ ਜਾਂ ਸਮੁੱਚੇ ਭਾਰਤ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਪੇ ਕਮਿਸ਼ਨ ਆ ਉਹ ਆਪਣਾ ਫੈਸਲਾ ਦਿੰਦਾ ਹੁੰਦਾ। ਪੰਜਾਬ ਜਿਹੜੇ ਕੇਂਦਰ ਦਾ ਜਿਹੜਾ 7ਵਾਂ ਕਮਿਸ਼ਨ ਆ ਉਹ ਵੀ ਮਤਲਬ ਆਪਣੀ 6-6ਵਾਂ ਕਮਿਸ਼ਨ ਤੱਕ ਜਿਹੜੇ ਉਹਨਾਂ ਨੂੰ ਪੈਸੇ ਜਿਹੜੇ ਮਿਲ ਚੁੱਕੇ ਅਤੇ 7ਵਾਂ ਕਮਿਸ਼ਨ ਵੀ ਤਿਆਰ ਆ। ਹਲੇ ਤੱਕ ਪੰਜਾਬ ਦਾ ਜਿਹੜਾ ਕਮਿਸ਼ਨ ਬਿਠਾਲਿਆ ਹੋਇਆ ਇਹਨੇ ਕੋਈ ਫੈਸਲਾ ਲਿੱਤਾ ਨਹੀਂ ਲਿਆ। ਇਸ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਭਵਿੱਖ ਦੇ ਵਿੱਚ ਜਿਹੜੀਆਂ ਵੀ ਮਤਲਬ ਨੌਕਰੀਆਂ ਕੱਢੇ ਜਾਣਗੇ, ਮੁਲਾਜ਼ਮ ਰੱਖੇ ਜਾਣਗੇ, ਉਹ ਸਾਰੇ ਕੇਂਦਰੀ ਜਿਹੜਾ ਪੇ ਜਿਹੜੇ ਨਵੇਂ ਰੱਖੇ ਜਾਣਗੇ। ਅੱਛਾ, ਤੇ ਜਿਹੜੇ ਪੁਰਾਣੇ ਆ ਰਹੇ ਨੇ ਉਹ ਪੰਜਾਬ ਦੇ ਹਿਸਾਬ ਨਾਲ ਚੱਲੀ ਜਾਣਗੇ? ਉਸ ਤਰ੍ਹਾਂ ਹੀ ਚੱਲਣਗੇ, ਜਿਹੜੇ ਉਹਨਾਂ ਨੂੰ ਇਹ 'ਚ ਲਿਆਉਣ ਦੀ ਕਵਾਇਦ ਨਹੀਂ। ਜਿਹੜੀ ਨਵੀਂ ਭਰਤੀ ਹੋਣੀ ਆ ਪੰਜਾਬ ਦੇ ਵਿੱਚ ਉਹ ਸਾਰੀ ਕੇਂਦਰੀ ਪੇ ਸਕੇਲ ਦੇ ਮੁਤਾਬਕ ਹੋਵੇ। ਠੀਕ ਹੈ, ਪੁਰਾਣਿਆਂ ਨਾਲ ਕੋਈ ਗੱਲ ਨਹੀਂ, ਨਵਿਆਂ ਦੀ ਗੱਲ ਕਰ ਰਿਹਾ ਵੀ ਉਹ ਪੇ ਸਕੇਲ ਦੇ ਮੁਤਾਬਕ ਹੋਵੇ। ਨਵਿਆਂ ਨੂੰ ਇਸ ਕਰਕੇ ਹੁਣ ਡਰ ਲੱਗੇ, ਡਰ ਖਾ ਰਿਹਾ, ਜਿਹੜੀ ਚਿੰਤਾ ਵਾਲੀ ਗੱਲ ਆ ਜੋ ਹੈ ਵੀ ਅਸਲੀਅਤ ਆ ਉਹ ਇਹ ਆ ਕਿ ਇੱਕ ਤਾਂ ਫਾਈਨਾਂਸ ਡਿਪਾਰਟਮੈਂਟ ਨੇ ਸਾਰੇ ਵਿਭਾਗਾਂ ਨੂੰ ਇੱਕ ਚਿੱਠੀਆਂ ਕੱਢੀਆਂ ਰੀਸਟਰਕਚਰਿੰਗ ਕਰਨ ਵਾਸਤੇ, ਵਿਭਾਗਾਂ ਦਾ ਪੁਨਰਗਠਨ ਕਰਨ ਵਾਸਤੇ। ਉਹਦੇ ਵਿੱਚ ਜਿਹੜੀਆਂ ਪੁਰਾਣੀਆਂ ਪੋਸਟਾਂ ਜਿਹੜੀਆਂ ਮਤਲਬ ਡੈੱਡ ਪਈਆਂ ਜਾਂ ਖਾਲੀ ਪਈਆਂ, ਜਿਹਨਾਂ ਨੂੰ ਮੁੜ ਸੁਰਜੀਤ ਕਰਨਾ, ਜਾਂ ਕਈਆਂ ਪੋਸਟਾਂ ਹੈਗੀਆਂ ਉੱਥੇ ਬੰਦੇ ਨਹੀਂ ਹੈਗੇ, ਜਾਂ ਫਿਰ ਕਈ ਪੋਸਟਾਂ ਪਰ ਬੰਦੇ ਕੰਮ ਕਰ ਰਹੇ ਆ ਉਹ ਕਾਗਜ਼ਾਂ ਦੇ ਵਿੱਚ ਪੋਸਟਾਂ ਹੈ ਨਹੀਂ, ਉਹ ਸਾਰੀਆਂ ਪੋਸਟਾਂ ਨੂੰ ਰੀਸੁਰਜੀਤ ਕਰਨ ਵਾਸਤੇ, ਪੁਨਰ ਨਿਰਮਾਣ ਵਾਸਤੇ ਉਹ ਚਿੱਠੀ ਕੱਢੀ ਹੋਈ ਆ ਵਿਭਾਗ ਨੇ। ਉਹਨਾਂ ਤੋਂ ਮੰਗਿਆ ਵੀ ਆਪਣੀ ਆਪਣੀ ਰਿਪੋਰਟ ਆ ਜਿਹੜੀਆਂ ਅਸਾਮੀਆਂ ਬਾਰੇ, ਜਿਨ੍ਹਾਂ ਬਾਰੇ ਨਹੀਂ ਜ਼ਰੂਰਤ, ਸਾਰਾ ਪੂਰਾ ਢਾਂਚਾ ਮੰਗਿਆ। ਇਸੇ ਤਰ੍ਹਾਂ ਜਿਹੜਾ ਜਲ ਸਰੋਤ ਵਿਭਾਗ ਆ ਜਿਹਨੂੰ ਆਪਾਂ ਸਿੰਚਾਈ ਵਿਭਾਗ ਕਹਿੰਦੇ ਸੀਗੇ, ਇਹਦੇ ਵਿੱਚ ਇਹਨਾਂ ਨੇ ਇਰੀਗੇਸ਼ਨ ਵਿਭਾਗ ਦੇ ਵਿੱਚ ਜਿਹੜਾ ਮਾਈਨਿੰਗ ਡਿਪਾਰਟਮੈਂਟ ਆ ਉਹ ਪਹਿਲਾਂ ਉਹ ਉਦਯੋਗ ਵਿਭਾਗ ਦੇ ਅਧੀਨ ਸੀਗਾ, ਉਹ ਸਾਰੀਆਂ ਪੋਸਟਾਂ ਨੂੰ ਇਕੱਠਾ ਕਰਕੇ ਉਹਨਾਂ ਦਾ ਇੱਕ ਜਲ ਸਰੋਤ ਵਿਭਾਗ ਬਣਾਤਾ। ਜਲ ਸਰੋਤ ਵਿਭਾਗ ਦੇ ਵਿੱਚ ਵੀ 8600 ਤੋਂ ਉੱਪਰ ਜਿਹੜੀਆਂ ਪੋਸਟਾਂ ਉਹ ਖਤਮ ਕਰ ਦਿੱਤੀਆਂ ਗਈਆਂ ਨੇ। ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵਿਭਾਗ ਆ ਉਹ ਵੀ ਪੋਸਟਾਂ ਖਤਮ ਕੀਤੀਆਂ ਜਾਣਗੀਆਂ, ਅਤੇ ਉਹ ਜੋ ਨਵੀਂ ਭਰਤੀ ਕੀਤੀ ਜਾਵੇਗੀ ਤਾਂ ਉਹ ਨਵੀਂ ਕੇਂਦਰੀ ਪੇ ਸਕੇਲ ਦੇ ਮੁਤਾਬਕ ਹੋਵੇਗੀ। ਹੁਣ ਜਿਹੜੀ ਨਵੇਂ ਮੁਲਾਜ਼ਮਾਂ ਨੂੰ, ਜਿਹੜੇ ਪੁਰਾਣੇ ਮੁਲਾਜ਼ਮ ਆ ਉਹ ਜਿਹਨੂੰ ਚਿੰਤਾ ਉਹਨਾਂ ਨੂੰ ਖਾ ਰਹੀ ਆ, ਉਹਨੂੰ ਚਿੰਤਾ ਇਹ ਖਾ ਰਿਹਾ ਵੀ ਜੇ ਕੱਲ੍ਹ ਨੂੰ ਪੇ ਕਮਿਸ਼ਨ ਜਦੋਂ ਵੀ ਬੈਠੇਗਾ ਪੰਜਾਬ ਦਾ ਤਾਂ ਉਹ ਕੇਂਦਰੀ ਜਿਹੜਾ ਪੇ ਕਮਿਸ਼ਨ ਹੋਏ ਕਰੂੰਗਾ ਉਹਦੇ ਮੁਤਾਬਕ ਇਹਨਾਂ ਨੂੰ ਜਿਹੜੀਆਂ ਜਿਹੜੇ ਮਾਣ ਭੱਤੇ ਆ ਉਹ ਮਿਲਿਆ ਕਰਨਗੇ, ਮਹਿੰਗਾਈ ਭੱਤੇ ਪੁਰਾਣਿਆਂ ਨੂੰ ਵੀ। ਜਦੋਂ ਉਹਨਾਂ ਨੂੰ ਇਹ ਹੈ ਨਾ ਵੀ ਜਦੋਂ ਇੱਕ ਵਾਰੀ ਨਵਿਆਂ ਚੜ ਗਿਆ ਪਟਾ ਕੱਲ੍ਹ ਨੂੰ ਸਾਡੇ 'ਤੇ ਵੀ ਆ ਜਾਣਾ, ਹਾਂ ਫਿਰ ਕੇਂਦਰ ਸਰਕਾਰ ਅੱਗੇ ਵਾਸਤੇ ਜਿਹੜੀ ਪੰਜਾਬ ਸਰਕਾਰ ਆ ਉਹ ਆਪਣਾ ਪੇ ਕਮਿਸ਼ਨ ਆ ਜਿਹੜਾ ਬਿਠਾਉਣ ਵਾਸਤੇ ਖਤਮ ਕਰ ਦੇਗੀ, ਤਾਂ ਕੇਂਦਰ ਸਰਕਾਰ ਦਾ ਜਿਹੜਾ ਪੇ ਕਮਿਸ਼ਨ। ਮੈਂ ਤਾਂ ਹੀ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਸ਼ਿਵਰ ਜੀ ਕਿ ਇਹ ਸਿਰਫ ਨਵਿਆਂ ਲਈ ਹੈ ਜਾਂ ਪੁਰਾਣੇ ਦਾ, ਕਿਉਂਕਿ ਇਹ ਵੀ ਹੋ ਸਕਦਾ ਕਿ ਜਿਹੜੀਆਂ ਉਹ ਵਧੀਆਂ ਨੇ ਕੱਲ੍ਹ ਨੂੰ ਘਟਾਉਣ ਦੀ ਨੌਬਤ ਵੀ ਨਾ ਆ ਜਾਵੇ, ਕਿਤੇ ਕਹਿ ਦੇਣ ਕਿ ਹਾਂ ਉਹਦੇ ਅਨੁਸਾਰ ਹੀ ਲਾਗੂ ਕਰਦੇ ਹਾਂ, ਕੱਲ੍ਹ ਨੂੰ ਇੱਥੇ ਤੱਕ ਵੀ ਆ ਸਕਦੀ ਹੈ ਕਣੀ, ਜਾਂ ਉੱਨੀ ਦੇਰ ਵਧਾਉਣੇ ਨਾ ਜਿੰਨੀ ਦੇਰ ਉਹਦੇ ਲੈਵਲ 'ਤੇ ਨਹੀਂ ਆ ਜਾਂਦੀਆਂ, ਇਹ ਵੀ ਹੋ ਸਕਦਾ। ਦੀਪਕ ਜੀ ਦੇਖੋ, ਇਹੀ ਖਤ ਸਰ ਦੇਖੋ ਦੀਪਕ ਜੀ, ਜਿਹੜੇ ਮੁਲਾਜ਼ਮ ਪੁਰਾਣੀਆਂ ਤਨਖਾਹ ਲੱਗੇ ਹੋਏ ਨੇ, ਪੱਕੇ ਮੁਲਾਜ਼ਮ ਨੇ, ਰੈਗੂਲਰ ਮੁਲਾਜ਼ਮ ਨੇ, ਉਹਨਾਂ ਦੀਆਂ ਤਨਖਾਹਾਂ ਤਾਂ ਕਿਸੇ ਕੀਮਤ 'ਤੇ ਨਹੀਂ ਘਟਾਈਆਂ ਜਾਣਗੀਆਂ।
ਇਹ ਤਾਂ ਬਿਲਕੁਲ ਸਹੀ ਗੱਲ ਆ, ਕਿਉਂਕਿ ਇਹਦੇ ਵਿੱਚ ਜੇ ਘਟਾਉਂਗੇ ਵੀ ਤਾਂ ਬਹੁਤ ਵੱਡਾ ਕਾਨੂੰਨੀ ਜਿਹੜਾ ਅੜਿੱਕਾ ਹੈ ਉਹ ਸਰਕਾਰ ਵਾਸਤੇ ਪੈ ਜਾਏਗਾ, ਸਰਕਾਰ ਦੀ ਬਹੁਤ ਵੱਡੀ ਬਦਨਾਮੀ ਵੀ ਹੋਵੇਗੀ ਤੇ ਸਰਕਾਰ ਨੂੰ ਫਿਰ ਹਾਰ ਦਾ ਮੂੰਹ ਦੇਖਣਾ ਪੈਂਦਾ। ਇਸ ਤੇ ਪੰਗਾ ਇਹੋ ਜਿਹਾ ਨਹੀਂ ਲਏਗੀ, ਇਸ ਕਰਕੇ ਪਰ ਆ ਜਿਹੜੇ ਮੁਲਾਜ਼ਮ ਵਿਰੋਧ ਚ ਆ ਗਏ ਉਹਨਾਂ ਨੂੰ ਫਿਰ ਕਿਵੇਂ ਚੁੱਪ ਕਰਾਏਗੀ? ਦੇਖੋ ਜਿਹੜੇ ਹੁਣ ਵਿਰੋਧ ਵਿੱਚ ਆ ਰਹੇ ਆ ਉਹਨਾਂ ਨੂੰ ਜਿਹੜੀ ਉਹੀ ਗੱਲ ਆ ਨਾ ਜਿਹੜੀ ਮੈਂ ਗੱਲ ਦੱਸ ਰਿਹਾ ਵੀ ਜਦੋਂ ਵੀ ਕੇਂਦਰੀ ਪੇ ਕਮਿਸ਼ਨ ਬੈਠੇ ਕਰੂੰਗਾ ਉਹਨਾਂ ਨੂੰ ਐਂ ਆ ਵੀ ਉਹ ਪੰਜਾਬ ਦਾ ਜਿਹੜਾ ਪੇ ਕਮਿਸ਼ਨ ਲੱਗ ਬਿਠਾ ਲਈ ਆ ਸਰਕਾਰ, ਕਿਤੇ ਇਹ ਨਾ ਹੋਏ ਵੀ ਅਗਲੇ ਜਿਹੜੇ ਫੈਸਲੇ ਹੋਣਗੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣੀਆਂ ਜਾਂ ਹੋਰ ਕੇਂਦਰ ਦੇ ਹਿਸਾਬ ਨਾਲ ਦੇਣਗੇ ਉਹ, ਇਸ ਕਰਕੇ ਜਿਹੜਾ ਉਹ ਕੱਟ ਆ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਉਹ ਲੱਗੇਗਾ। 2004 ਤੋਂ ਬਾਅਦ ਜਿਹੜੀ ਭਰਤੀ ਹੋਈ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਨਹੀਂ ਪੈਨਸ਼ਨ ਮਿਲਦੀ ਸਰਕਾਰ ਵੱਲੋਂ, ਇਸ ਕਰਕੇ ਜਿਹੜੀਆਂ ਅੱਗੇ ਅੱਗੇ ਜਿਹੜੇ ਕੱਟ ਆ ਮੁਲਾਜ਼ਮਾਂ ਨੂੰ ਜਿਹੜੇ ਭੱਤੇ ਮਿਲਦੇ ਨੇ, ਮਹਿੰਗਾਈ ਭੱਤਾ, ਮੈਡੀਕਲ ਭੱਤਾ ਜਾਂ ਹੋਰ ਜਿਹੜੇ ਅਲਾਉਂਸ ਮਿਲਦੇ ਨੇ, ਅਲਾਉਂਸ ਮਿਲਦੇ ਨੇ ਤਾਂ ਉਹ ਅਲਾਉਂਸ ਆ ਜਿਹੜੇ ਭੱਤੇ ਨੇ ਉਹ ਸਰਕਾਰ ਉਹਨਾਂ ਨੂੰ ਇਹ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਉਹਨਾਂ ਪਰ ਕੱਟ ਲੱਗ ਸਕਦਾ। ਇਹ ਵੈਸੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਰਕਾਰ ਨੂੰ ਫਿਰ ਖਮਿਆਜ਼ਾ ਭੁਗਤਣਾ ਪੈ ਸਕਦਾ ਚੋਣਾਂ 'ਚ, ਇਹ ਵੈਸੇ ਵੀ ਪੰਜਾਬ 'ਚ ਇੱਕ ਧਾਰਨਾ ਰਹੀ ਹੈ ਕਿ ਮੁਲਾਜ਼ਮ ਵਰਗ ਜਿੱਧਰ ਹੋ ਜਾਵੇ ਸਰਕਾਰ ਉੱਧਰ ਹੋ ਜਾਂਦੀ ਆ, ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਮੁਲਾਜ਼ਮ ਵਰਗ ਹੁਣ ਕੈਪਟਨ ਤੋਂ ਨਿਰਾਸ਼ ਚੱਲ ਰਿਹਾ? ਵੈਸੇ ਬਾਕੀ ਵਰਗ ਵੀ ਨਿਰਾਸ਼ ਨੇ, ਪਰ ਉਹਨਾਂ ਕੋਲ ਬਦਲ ਵੀ ਨਹੀਂ ਹੋਈ। ਮੈਂ ਉਹੀ ਗੱਲ ਕਹਿ ਰਿਹਾ ਵੀ ਇਕੱਲਾ ਕੈਪਟਨ ਦੇ ਕੋਲ ਇਕੱਲਾ ਮੁਲਾਜ਼ਮ ਵਰਗ ਨਹੀਂ, ਜਿਹੜੇ ਬਾਕੀ ਦੇ ਵਰਗ ਨੇ ਨਾ ਉਹ ਵੀ ਮਤਲਬ ਅਸਾਸ਼ ਚੱਲ ਰਹੇ ਨੇ। ਦੀਪਕ ਜੀ ਮੈਨੂੰ ਇਹ ਲੱਗਦਾ, ਮੇਰਾ ਪਰਸਨਲ ਓਪੀਨੀਅਨ ਇਹ ਆ ਵੀ ਹੋ ਸਕਦਾ ਵੀ ਜੇ ਜਿਹੜੇ ਮੁਲਾਜ਼ਮ ਵਰਗ ਆ ਉਹ ਨਾਰਾਜ਼ ਨਾ ਹੋਣ। ਅੱਛਾ, ਉਹ ਨਾਰਾਜ਼ ਇਸ ਕਰਕੇ ਨਾ ਹੋਣ ਜੇ ਤੁਸੀਂ ਉਹਨਾਂ ਨਾਲ ਕਾਣੀ ਵੰਡ ਨਾ ਕਰੋ, ਜਾਂ ਤੁਸੀਂ ਇਹ ਵੀ ਕਰੋ ਵੀ ਜਿਹੜੇ ਅਸੀਂ ਸਾਡੇ ਅਫਸਰਾਂ ਦੇ ਪੱਤੇ ਆ ਜਾਂ ਸਾਡੇ ਜਿਹੜੇ ਅਫਸਰ ਲੈ ਰਹੇ IAS ਅਫਸਰ ਜਾਂ ਵੱਡੇ ਅਫਸਰ ਆ ਅਸੀਂ ਉਹਨਾਂ ਨੂੰ ਵੀ ਕੱਟ ਮਾਰਤਾ, ਫਿਰ ਤਾਂ ਬੰਦਾ ਇਹ ਕਹੂੰਗਾ ਯਾਰ ਜੇ ਮੇਰਾ ਕੱਟਿਆ ਤਾਂ ਉਹਦਾ ਵੀ ਕੱਟਿਆ, ਉਹ ਫਿਰ ਵੱਧ ਦੇਖ ਦੇਣਗੇ ਮੇਰਾ ਤਾਂ 500 ਹੀ ਕੱਟਿਆ ਉਹਦਾ 5000 ਗਿਆ, ਫਿਰ ਥੱਲੀ ਹੋਣ ਲੱਗਦੀ। ਇਹ ਵੀ ਕਰਨ ਜਾਂ ਫਿਰ ਜਿਹੜੀਆਂ ਪੰਜਾਬ ਦੇ ਜਿਹੜੇ ਮੰਤਰੀ ਸਾਬਕਾ ਵਿਧਾਇਕ ਨੇ ਸਾਬਕਾ ਮੰਤਰੀ ਨੇ ਉਹਨਾਂ ਦੀ ਜਿਹੜੀ ਪੈਨਸ਼ਨ ਸਰਕਾਰ ਇਹ ਕੈਪਟਨ ਸਰਕਾਰ ਇਹ ਫੈਸਲਾ ਕਰ ਦਿੰਦੀ ਆ ਵੀ ਇੱਕ ਵਿਧਾਇਕ ਨੂੰ ਇੱਕ ਪੈਨਸ਼ਨ ਮਿਲਣੀ ਆ ਬਸ, ਚਾਹੇ ਉਹ 10 ਵਾਰੀ ਜਿੱਤ ਕੇ ਆਇਆ ਹੋਇਆ ਚਾਹੇ 5 ਵਾਰੀ ਚਾਹੇ 3 ਵਾਰੀ ਚਾਹੇ 2 ਵਾਰੀ ਮੈਨੂੰ ਇੱਕ ਪੈਨਸ਼ਨ ਮਿਲਣੀ ਆ, ਤਾਂ ਪੰਜਾਬ ਦੇ ਮੁਲਾਜ਼ਮ ਕਿਤੇ ਨਾ ਕਿਤੇ ਸੁੱਖ ਦਾ ਸਾਹ ਲੈ ਜਾਣਗੇ ਵੀ ਯਾਰ ਉਹਨਾਂ ਨਾਲ ਵੀ ਗੱਲ ਪੰਜਾਬ ਨੂੰ ਲੱਗਿਆ ਕਿ ਖਜ਼ਾਨਾ ਇਹ ਗੱਲ ਹੋ ਰਹੀ ਆ। ਤੁਸੀਂ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤੁਸੀਂ ਬੇਸਿਕ ਪੇ ਸਕੇਲ ਆ ਜਿਹੜਾ 10,300 ਉਹਦੇ ਪਰ ਭਰਤੀ ਕਰ ਰਹੇ ਨੇ, ਜਿਹੜੇ ਚੰਡੀਗੜ੍ਹ ਦੇ ਵਿੱਚ IAS ਅਫਸਰ ਰੱਖੇ ਹੋਏ ਨੇ ਉਹਨਾਂ ਦੇ ਘਰ ਵਿੱਚ ਕੰਮ ਕਰਨ ਵਾਲੇ ਤੁਸੀਂ ਉਹਨਾਂ ਨੂੰ 18,000 ਦੇ ਰਹੇ ਆ। ਦੇਖੋ ਇਹਨਾਂ ਦੀ ਨੀਤ ਤੇ ਆਪਾਂ ਸਵਾਲ ਖੜਾ ਕਰਦੇ ਆ, ਜਿਹੜੇ IAS ਅਫਸਰ ਆ ਨਾ ਇਹਨਾਂ ਨੇ ਘਰਾਂ ਦੇ ਜਿਹੜੇ ਪੁਰਾਣੇ ਕੁੱਕ ਕੰਮ ਕਰਦੇ ਤੇ ਜਾਂ ਪੁਰਾਣੀ ਇਹਨਾਂ ਦੇ ਘਰ ਦੇ ਵਿੱਚ ਕੁੱਕ ਦਾ ਕੰਮ ਕਰਦੇ ਜਾਂ ਹੋਰ ਕੰਮ ਕਰਦੇ ਤੇ ਉਹਨਾਂ ਲੋਕਾਂ ਵਾਸਤੇ ਹੀ ਵਿੱਤ ਵਿਭਾਗ ਤੇ ਇਹਨਾਂ ਨੇ ਮਨਜ਼ੂਰੀ ਲੈ ਲਈ, ਕੈਪਟਨ ਅਮਰਿੰਦਰ ਸਿੰਘ ਤੋਂ ਮਨਜ਼ੂਰੀ ਲੈ ਲਈ ਸਿੱਧੀ ਤੌਰ ਤੇ ਅਫਸਰਾਂ ਦੀ ਜਿਹੜੀ ਐਸੋਸੀਏਸ਼ਨ ਹੈ ਵੀ ਸਾਨੂੰ ਉਹਨਾਂ ਦੇ ਪੈਸੇ ਦਿੱਤੇ ਜਾਣ 18,000 ਰੁਪਇਆ। ਮੇਰੇ ਕੋਲ ਕਈ ਜਿਹੜੇ ਇਹੋ ਜਿਹੀ ਇਨਫੋਰਮੇਸ਼ਨ ਆਈ ਆ ਕਈ ਅਫਸਰ ਸਰਕਾਰ ਤੋਂ 18,000 ਰੁਪਇਆ ਲੈ ਰਹੇ ਨੇ, ਜਿਹੜੇ ਅੰਦਰ ਆਪਣੇ ਕੰਮ ਕਰਦੇ ਨੇ ਕਿਸੇ ਨੂੰ 10,000 ਕਿਸੇ ਨੂੰ 12,000 ਕਿਸੇ ਨੂੰ 14,000 ਕਮਾ ਕੇ ਵੀ ਇੰਨੀਆਂ ਤਨਖਾਹ ਲੈਣ ਦੇ ਬਾਵਜੂਦ ਵੀ ਇੱਥੇ ਤੱਕ ਆ ਜਾਂਦੇ, ਮਤਲਬ ਇਹਨਾਂ ਦੀ ਨੀਤ ਆ ਜਿਹੜੀ ਜਿਹਨਾਂ ਨੂੰ ਆਪਾਂ ਸਿੱਧੇ ਸ਼ਬਦਾਂ ਦੇ ਪੰਜਾਬੀ ਦੇ ਵਿੱਚ ਆਪਾਂ ਭੁੱਖੜ ਕਹਿੰਦੇ ਆ, ਪੰਜਾਬੀ ਦੇ ਵਿੱਚ ਆਪਾਂ ਇਹਨਾਂ ਨੂੰ ਭੁੱਖੜ ਕਹਿੰਦੇ, ਉਹ ਇਹਨਾਂ ਦੀ ਨੀਤ ਨਹੀਂ ਭਰ ਰਹੀ, ਸਰਕਾਰੀ ਕੋਠੀ, ਸਰਕਾਰੀ ਗੱਡੀ, ਸਰਕਾਰੀ ਨੌਕਰ, ਸਰਕਾਰੀ ਘਰ ਬਾਰ, ਸਾਰਾ ਕੁਝ ਸਰਕਾਰ ਦਾ, ਸਾਰਾ ਕੁਝ ਟੈਲੀਫੋਨ ਆ ਜਿਹੜੇ ਉਹ ਸਰਕਾਰ ਦੇ ਖਰਚੇ ਦੇ ਰਹੀ ਆ, ਇਹਨਾਂ ਬਾਵਜੂਦ ਹੋਣ ਦੇ ਜਿਹੜੀ ਤਨਖਾਹ ਹੈ ਤੁਹਾਡੀ ਤਾਂ ਸੇਵਿੰਗ ਆ, ਉਹਦੇ ਬਾਵਜੂਦ ਵੀ ਤੁਸੀਂ ਮਤਲਬ ਇਹ ਲੱਗੇ ਹੋਏ ਆ ਵੀ ਬਿਹਤਰੇ ਦੀ ਪੰਜਾਬ ਨੂੰ ਕਿਵੇਂ ਛੋਟੇ ਬੰਦਿਆਂ ਦੇ ਵੀ ਹੱਕ ਖਾ ਲਓ ਤੇ ਖਜ਼ਾਨੇ ਨੂੰ, ਦੋਵੇਂ ਪਾਸੇ ਨੂੰ ਛੋਟੇ ਵਿਅਕਤੀ ਦਾ ਵੀ ਤੁਸੀਂ ਹੱਕ ਮਾਰ ਰਹੇ ਹੋ ਤੇ ਸਰਕਾਰ ਦੇ ਖਜ਼ਾਨੇ ਨੂੰ ਵੀ ਬੁਰਕੀ ਮਾਰ ਰਹੇ ਹੋ। ਇਸ ਕਰਕੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਸੱਚਮੁੱਚ ਚਾਹੁੰਦੇ ਨੇ ਵੀ ਅਸੀਂ ਦੇਸ਼ ਦਾ ਭਲਾ ਕਰਨਾ, ਸਮਾਜ ਦਾ ਭਲਾ ਕਰਨਾ, ਪੰਜਾਬ ਦਾ ਭਲਾ ਕਰਨਾ, ਤਾਂ ਉਹਨਾਂ ਨੂੰ ਜਿਹੜੀ ਕਾਣੀ ਵੰਡ ਆ ਉਹ ਖਤਮ ਕਰਨੀ ਪਏਗੀ, ਕਾਣੀ ਵੰਡ ਖਤਮ ਕਰਕੇ ਜਿਹੜੇ ਆਪਣੀਆਂ ਤਨਖਾਹਾਂ ਏ ਆਪਣੇ ਭੱਤੇ ਆ ਉਹ ਘਟਾਉਣੇ ਪੈਣਗੇ, ਤਾਂ ਫਿਰ ਮੁਲਾਜ਼ਮਾਂ ਜਿਹੜੇ ਉਹ ਇਸ ਗੱਲ ਤੋਂ ਸਬਰ ਕਰਨਗੇ ਵੀ ਉਹਨਾਂ ਨੇ ਪੰਜਾਬ ਦੇ ਜਿਹੜੇ IAS ਅਫਸਰ ਆ ਉਹਨਾਂ ਨੂੰ ਵੀ ਕੱਟ ਲਾਇਆ, PCS ਅਫਸਰਾਂ ਨੂੰ ਵੀ ਕੱਟ ਲਾਇਆ ਤੇ ਜਿਹੜੇ ਮੰਤਰੀ ਆ ਉਹਨਾਂ ਦੀ ਤਨਖਾਹ 'ਚ ਵੀ ਕੱਟ ਲਾਇਆ, ਆਪਣੇ ਕਰਕੇ ਦਿਖਾ ਦੇਵੇ। ਅੱਜ ਆਪਾਂ ਪਿਛਲੀ ਵਾਰੀ ਵੀ ਇੱਕ ਵਾਰੀ ਯਾਦ ਆ ਮੇਰੇ ਗੱਲ ਕੀਤੀ ਸੀ, ਅੱਜ ਕੋਈ ਵੀ ਕੰਪਨੀ ਆ ਵੱਧ ਤੇ ਵੱਧ 2,000 ਰੁਪਇਆ ਸਭ ਤੋਂ ਟੌਪ ਦਾ ਪਲਾਨ ਆ ਉਹਨਾਂ ਦਾ, ਜਿੰਨਾ ਮਰਜ਼ੀ ਫੋਨ ਚਲਾਓ, ਜਿੰਨਾ ਮਰਜ਼ੀ ਨੈੱਟ ਚਲਾਓ, ਜਿੰਨਾ ਮਰਜ਼ੀ ਕੁਲ ਕਰੋ, 2,000 ਰੁਪਏ ਦੇ ਵਿੱਚੋਂ ਅਨਲਿਮਿਟਡ ਦੇ ਰਹੇ ਆ, ਤੁਸੀਂ ਲੈ ਰਹੇ ਆ ਸਰਕਾਰ ਤੋਂ 15,000 ਰੁਪਇਆ ਪਰ ਮੰਥ। ਕਿਹੜਾ ਫੋਨ ਦਾ ਬਿੱਲ ਆਉਂਦਾ 15,000? ਕਿਹੜਾ 15,000 ਦਾ ਫੋਨ ਦਾ ਬਿੱਲ ਆਉਂਦਾ ਜੀ? ਸਾਰੇ ਵਿਧਾਇਕ ਬਿਲਕੁਲ ਉਹਦੇ ਵਿੱਚ ਆਪਾਂ ਇਕੱਲੀ ਸੱਤਾ ਧਿਰ ਦੀ ਸਾਰੀ ਸਾਰੀ ਸਾਰੇ ਐਮਐਲਏ ਆਮ ਆਦਮੀ ਪਾਰਟੀ ਵਾਲੇ ਵੀ ਲੈ ਰਹੇ ਆ, ਅਕਾਲੀ ਦਲ ਵਾਲੇ ਵੀ ਲੈ ਰਹੇ ਆ, ਬੀਜੇਪੀ ਵਾਲੇ ਵੀ ਲੈ ਰਹੇ ਆ, ਕਾਂਗਰਸ ਵਾਲੇ ਵੀ ਲੈ ਰਹੇ ਆ,
इस मामले में अकाली दल या कांग्रेस वाले सॉरी आम आदमी पार्टी क्यों नहीं बोलती असं छड रहे हां साडा 2000 ਹੁੰਦਾ ਬਿਲਾ ਚੱਕੋ 13000 आम आदमी पार्टी ਨੂੰ ਪਹਿਲ ਕਰਨੀ ਚਾਹੀਦੀ ਆ ਵੀ ਅਸੀਂ ਜੀ ਨਹੀਂ ਲੈ ਰਹੇ ਅਸੀਂ ਪੰਜਾਬ ਦੇ ਖਜ਼ਾਨੇ ਦਾ ਜਿਹੜਾ ਬਚਾਓ ਕਰ ਰਹੇ ਸੀ ਮੁਲਾਜ਼ਮਾਂ ਦੇ ਨਾਲ ਕਿਉਂ ਨਹੀਂ ਸਾਹਮਣੇ ਉਹ ਵੀ ਨਹੀਂ ਕਰ ਰਹੇ ਕੋਈ ਨਹੀਂ ਸਾਹਮਣੇ ਇਸੇ ਕਰਕੇ ਜਿਹੜੀਆਂ ਜਿੱਥੇ ਇਹਨਾਂ ਦੀਆਂ ਆਪਣੀਆਂ ਪੈਨਸ਼ਨਾਂ ਦੇ ਮਾਮਲੇ ਆ ਆਪਣੇ ਲਾਭਾਂ ਦੀ ਗੱਲ ਹੁੰਦੀ ਆ ਉੱਥੇ ਕਿਤਨਾ ਕਿਤੇ ਜਿਹੜੀ ਸਮੁੱਚੀ ਜਿਹੜੀ ਪੋਲੀਟੀਕਲ ਲੋਕ ਲੌਬੀ ਆ ਉਹ ਇਕੱਠੀ ਹੋ ਜਾਂਦੀ ਆ ਅਫਸਰ ਲੌਬੀ ਵੀ ਇਕੱਠੀ ਹੁੰਦੀ ਆ ਜਿੱਥੇ ਕਹਾੜਾ ਚੱਲਦਾ ਉਹ ਗਰੀਬ ਤੇ ਜਿਹੜੇ ਆਮ ਛੋਟੇ ਮੁਲਾਜ਼ਮ ਉਹਨਾਂ ਤੇ ਚੱਲਦਾ मसला काणी वंड दा ही है। शिबर भाजी का कहना कि सरकार जे काणी वंड खत्म कर लवे तां शायद मुलाजम वर्ग भी इन्हां तों खुश हो जावे ते उहदा खजाने ते जे तकर बोझ घटेगा तां उहदा पंजाब नूं फायदा हो सकदा। सो कितना किते पंजाब दे हितां ध्यान च रख के अफसरशाही नूं ते राजनीतिक धिरां नूं कुछ पहलकदमी करनी चाहिए। जिहड़ा इशारा शिबर भाजी ने आम आदमी पार्टी वल कीता उह बाकी लीडरां वल भी उन्ना ही है। सो सारे लीडर जेकर सामने आउणगे साडा बिल इन्ना आउंदा बाकी पैसे आ चक्को साडा इस बार इन्ना तेल लग्गिया बाकी पैसे बचदे आ चक्को नहीं जनाब हमेशा रोंदे ही रहिंदे ने ते अपने जदों तनखां पत्ते वधाउणे हुंदे ने तां इक मत दे विच विधानसभा च मते पास करने सो कितना किते पंजाब दे खजाने नूं लुट्टण वालियां धिरां उहनां दे उत्ते सवाल उठदे रहणगे ते असीं चर्चा करदे रहांगे फिर परतांगे नवें मेहमानां नाल नवें विशेयां नाल। तुसीं वेखदे रहो विजन पंजाब टीवी हर कदम तुहाडे नाल।